सत श्री अकाल जी। अज असीं बनावांगे जीरा आलू। उहदे वास्ते सब तों पहले असीं कढ़ाई चाढ़ांगे। हांजी, हुण इहदे च सब तों पहले असीं सरों दा तेल पावांगे। तेल नूं चंगी तरह कढ़न दांगे पहलां। हांजी, जिन्ना टाइम तक तेल कढ़दा उन्ना टाइम तक आपां टमाटर कट लांगे। तेल गर्म हो गया, हुण इहदे च असीं हिंग पावांगे सब तों पहलां, फिर जीरा ते राई पा दांगे, इस तों बाद सुक्का धनिया पा दांगे, ते इहदे च हुण कड़ी पत्ता पा दांगे, ते असीं इह प्याज लसण अदरक ते हरिया मिर्चां दा पेस्ट बना लिया, हुण इहनूं पा दांगे। ਜੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ ਵਿੱਚ ਅਸੀਂ ਟਮਾਟਰ ਪਾ ਦਾਂਗੇ ਬਰੀਕ ਕੱਟੇ ਹੋਏ। ਇਹਨਾਂ ਨੂੰ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਭੁੰਨਾਂਗੇ। ਜਿੰਨਾ ਟਾਈਮ ਤੱਕ ਟਮਾਟਰ ਸੌਫਟ ਹੁੰਦੇ ਨੇ ਉਹਨਾਂ ਟਾਈਮ ਤੱਕ ਮੈਂ ਆਲੂ ਉਬਲੇ ਹੋਏ ਨੇ ਇਹਨਾਂ ਨੂੰ ਬਰੀਕ ਬਰੀਕ ਪੀਸਿਸ 'ਚ ਕਟਿੰਗ ਕਰ ਲੂੰਗੀ। ਹਾਂਜੀ, ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ 'ਚ ਨਮਕ ਮਿਰਚ ਅਤੇ ਹਲਦੀ ਪਾ ਦਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਨਮਕ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਮੈਂ ਆਲੂ ਵੀ ਚੰਗੀ ਤਰ੍ਹਾਂ ਕੱਟ ਲਏ ਨੇ, ਹੁਣ ਇਹਦੇ 'ਚ ਆਲੂ ਐਡ ਕਰ ਦਾਂਗੇ ਅਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਹੁਣ ਆਲੂ ਨੂੰ ਅਸੀਂ 5 ਮਿੰਟ ਲਈ ਸੇਕ ਲਵਾਵਾਂਗੇ, ਇਹਨੂੰ ਢੱਕ ਲਾਂਗੇ। ਹਾਂਜੀ, ਤਾਂ ਜੋ ਮਸਾਲਾ ਆਲੂ 'ਚ ਚੰਗੀ ਤਰ੍ਹਾਂ ਰਚ ਜੇ। ਹੁਣ ਇਹਨੂੰ ਅਸੀਂ 5 ਮਿੰਟ ਤੱਕ ਵੇਟ ਕਰਾਂਗੇ, ਉਸ ਤੋਂ ਬਾਅਦ ਸਾਡੀ ਸਬਜ਼ੀ ਬਣ ਕੇ ਰੈਡੀ ਹੋ ਜੂਗੀ ਜੀ। ਹਾਂਜੀ, ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਵੇਂ ਲੱਗੀ ਜ਼ਰੂਰ ਦੱਸਿਓ, ਐਵੇਂ ਸਾਨੂੰ ਸਪੋਰਟ ਕਰਦੇ ਰਹੋ। ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ। ਹਾਂਜੀ, ਸਬਜ਼ੀ ਬਣ ਕੇ ਰੈਡੀ ਆ, ਹੁਣ ਅਸੀਂ ਇਹਨੂੰ ਉਤਾਰ ਲਾਂਗੇ। ਦੇਖੋ ਕਿੰਨਾ ਸੋਹਣਾ ਰੰਗ ਆਇਆ ਇਹਦਾ, ਅਤੇ ਮਸਾਲਾ ਵੀ ਚੰਗੀ ਤਰ੍ਹਾਂ ਆਲੂਆਂ ਵਿੱਚ ਮਿਕਸ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਣਾਵਾਂਗੇ ਜੀਰਾ ਆਲੂ। ਉਹਦੇ ਵਾਸਤੇ ਸਭ ਤੋਂ ਪਹਿਲਾਂ ਅਸੀਂ ਕੜਾਹੀ ਚਾੜਾਂਗੇ। ਹਾਂਜੀ, ਹੁਣ ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਸਰ੍ਹੋਂ ਦਾ ਤੇਲ ਪਾਵਾਂਗੇ। ਤੇਲ ਨੂੰ ਚੰਗੀ ਤਰ੍ਹਾਂ ਕੜਨ ਦਾਂਗੇ ਪਹਿਲਾਂ। ਹਾਂਜੀ, ਜਿੰਨਾ ਟਾਈਮ ਤੱਕ ਤੇਲ ਕੱਢਦਾ ਉਨਾ ਟਾਈਮ ਤੱਕ ਆਪਾਂ ਟਮਾਟਰ ਕੱਟ ਲਾਂਗੇ। ਸੋ ਤੇਲ ਗਰਮ ਹੋ ਗਿਆ, ਹੁਣ ਇਹਦੇ 'ਚ ਅਸੀਂ ਹਿੰਗ ਪਾਵਾਂਗੇ ਸਭ ਤੋਂ ਪਹਿਲਾਂ, ਫਿਰ ਜੀਰਾ ਅਤੇ ਰਾਈ ਪਾ ਦਾਂਗੇ, ਅਤੇ ਇਸ ਤੋਂ ਬਾਅਦ ਸੁੱਕਾ ਧਨੀਆ ਪਾ ਦਾਂਗੇ, ਅਤੇ ਇਹਦੇ 'ਚ ਹੁਣ ਕੜੀ ਪੱਤਾ ਪਾ ਦਾਂਗੇ, ਅਤੇ ਅਸੀਂ ਇਹ ਪਿਆਜ ਲਸਣ ਅਦਰਕ ਅਤੇ ਹਰੀਆਂ ਮਿਰਚਾਂ ਦਾ ਪੇਸਟ ਬਣਾ ਲਿਆ, ਹੁਣ ਇਹਨੂੰ ਪਾ ਦਾਂਗੇ। ਜੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ ਵਿੱਚ ਅਸੀਂ ਟਮਾਟਰ ਪਾ ਦਾਂਗੇ ਬਰੀਕ ਕੱਟੇ ਹੋਏ। ਇਹਨਾਂ ਨੂੰ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਭੁੰਨਾਂਗੇ। ਜਿੰਨਾ ਟਾਈਮ ਤੱਕ ਟਮਾਟਰ ਸੌਫਟ ਹੁੰਦੇ ਨੇ ਉਹਨਾਂ ਟਾਈਮ ਤੱਕ ਮੈਂ ਆਲੂ ਉਬਲੇ ਹੋਏ ਨੇ ਇਹਨਾਂ ਨੂੰ ਬਰੀਕ ਬਰੀਕ ਪੀਸਿਸ 'ਚ ਕਟਿੰਗ ਕਰ ਲੂੰਗੀ। ਹਾਂਜੀ, ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ 'ਚ ਨਮਕ ਮਿਰਚ ਅਤੇ ਹਲਦੀ ਪਾ ਦਾਂਗੇ, ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ।
नमक मिर्च चंगी तरह मिक्स हो गया तो मैं आलू भी चंगी तरह कट लेने हूँ। ये आलू ऐड कर देंगे फिर चंगी तरह मिक्स कर लेंगे। जो आलू नूं असीं 5 मिंट लई सेक लवावांगे, इहनूं ढक लांगे। हांजी, तां जो मसाला आलू च चंगी तरह रच जाए, हुण इहनूं असीं 5 मिंट तक वेट करांगे, उस तों बाद साडी सब्जी बन के रेडी हो जूगी जी। हांजी, तुहानूं साडी अज दी रेसिपी किवें लगी जरूर दस्सिओ, एवें सानूं सपोर्ट करदे रहो। मिलांगे तुहाडे नाल इक नवीं वीडियो दे नाल। धन्नवाद जी। हांजी, सब्जी बन के रेडी है, हुण असीं इहनूं उतार लांगे। देखो किन्ना सोहणा रंग आया इहदा, ते मसाला भी चंगी तरह आलू विच मिक्स हो गया। सत श्री अकाल जी, अज असीं बनावांगे जीरा आलू। उहदे वास्ते सब तों पहले असीं कढ़ाई चाढ़ांगे। हांजी, हुण इहदे च सब तों पहले असीं सरों दा तेल पावांगे। तेल नूं चंगी तरह कढ़न दांगे पहलां। हांजी, जिन्ना टाइम तक तेल कढ़ा उन्ना टाइम तक आपां टमाटर कट लांगे। सो तेल गर्म हो गया, हुण इहदे च असीं हिंग पावांगे सब तों पहलां, फिर जीरा ते राई पा दांगे, ते इस तों बाद सुक्का धनिया पा दांगे, ते इहदे च हुण कड़ी पत्ता पा दांगे, ते असीं इह प्याज लसण अदरक ते हरिया मिर्चां दा पेस्ट बना लिया, हुण इहनूं पा दांगे। ਜੇ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ ਵਿੱਚ ਅਸੀਂ ਟਮਾਟਰ ਪਾ ਦਾਂਗੇ ਬਰੀਕ ਕੱਟੇ ਹੋਏ। ਇਹਨਾਂ ਨੂੰ ਚੰਗੀ ਤਰ੍ਹਾਂ ਸੌਫਟ ਹੋਣ ਤੱਕ ਭੁੰਨਾਂਗੇ। ਜਿੰਨਾ ਟਾਈਮ ਤੱਕ ਟਮਾਟਰ ਸੌਫਟ ਹੁੰਦੇ ਨੇ ਉਹਨਾਂ ਟਾਈਮ ਤੱਕ ਮੈਂ ਆਲੂ ਉਬਲੇ ਹੋਏ ਨੇ ਇਹਨਾਂ ਨੂੰ ਬਰੀਕ ਬਰੀਕ ਪੀਸਿਸ ਕਟਿੰਗ ਕਰ ਲੂੰਗੀ। ਹਾਂਜੀ, ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ, ਹੁਣ ਇਹਦੇ ਵਿੱਚ ਨਮਕ ਮਿਰਚ ਅਤੇ ਹਲਦੀ ਪਾ ਦਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਨਮਕ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਮੈਂ ਆਲੂ ਵੀ ਚੰਗੀ ਤਰ੍ਹਾਂ ਕੱਟ ਲੈਣੇ, ਹੁਣ ਇਹਦੇ ਵਿੱਚ ਆਲੂ ਐਡ ਕਰ ਦਾਂਗੇ, ਫਿਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜਿਹਨੂੰ ਆਲੂ ਨੂੰ ਅਸੀਂ 5 ਮਿੰਟ ਲਈ ਸੇਕ ਲਵਾਵਾਂਗੇ, ਇਹਨੂੰ ਢੱਕ ਲਾਂਗੇ। ਹਾਂਜੀ, ਤਾਂ ਜੋ ਮਸਾਲਾ ਆਲੂ ਵਿੱਚ ਚੰਗੀ ਤਰ੍ਹਾਂ ਰਚ ਜਾਏ, ਹੁਣ ਇਹਨੂੰ ਅਸੀਂ 5 ਮਿੰਟ ਤੱਕ ਵੇਟ ਕਰਾਂਗੇ, ਉਸ ਤੋਂ ਬਾਅਦ ਸਾਡੀ ਸਬਜ਼ੀ ਬਣ ਕੇ ਰੈਡੀ ਹੋ ਜੂਗੀ ਜੀ। ਹਾਂਜੀ, ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਵੇਂ ਲੱਗੀ ਜ਼ਰੂਰ ਦੱਸਿਓ, ਐਵੇਂ ਸਾਨੂੰ ਸਪੋਰਟ ਕਰਦੇ ਰਹੋ। ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ। ਹਾਂਜੀ, ਸਬਜ਼ੀ ਬਣ ਕੇ ਰੈਡੀ ਹੈ, ਹੁਣ ਅਸੀਂ ਇਹਨੂੰ ਉਤਾਰ ਲਾਂਗੇ। ਦੇਖੋ ਕਿੰਨਾ ਸੋਹਣਾ ਰੰਗ ਆਇਆ ਇਹਦਾ, ਅਤੇ ਮਸਾਲਾ ਵੀ ਚੰਗੀ ਤਰ੍ਹਾਂ ਆਲੂ ਵਿੱਚ ਮਿਕਸ ਹੋ ਗਿਆ। ਨਮਕ ਮਿਰਚ ਚੰਗੀ ਤਰ੍ਹਾਂ ਮਿਕਸ ਹੋ ਗਿਆ ਅਤੇ ਮੈਂ ਆਲੂ ਵੀ ਚੰਗੀ ਤਰ੍ਹਾਂ ਕੱਟ ਲੈਣੇ, ਹੁਣ ਇਹਦੇ 'ਚ ਆਲੂ ਐਡ ਕਰ ਦਾਂਗੇ, ਫਿਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਜਿਹਨੂੰ ਆਲੂ ਨੂੰ ਅਸੀਂ 5 ਮਿੰਟ ਲਈ ਸੇਕ ਲਵਾਵਾਂਗੇ, ਇਹਨੂੰ ਢੱਕ ਲਾਂਗੇ। ਹਾਂਜੀ, ਤਾਂ ਜੋ ਮਸਾਲਾ ਆਲੂ ਵਿੱਚ ਚੰਗੀ ਤਰ੍ਹਾਂ ਰਚ ਜਾਏ, ਹੁਣ ਇਹਨੂੰ ਅਸੀਂ 5 ਮਿੰਟ ਤੱਕ ਵੇਟ ਕਰਾਂਗੇ, ਉਸ ਤੋਂ ਬਾਅਦ ਸਾਡੀ ਸਬਜ਼ੀ ਬਣ ਕੇ ਰੈਡੀ ਹੋ ਜੂਗੀ ਜੀ। ਹਾਂਜੀ, ਤੁਹਾਨੂੰ ਸਾਡੀ ਅੱਜ ਦੀ ਰੈਸਪੀ ਕਿਵੇਂ ਲੱਗੀ ਜ਼ਰੂਰ ਦੱਸਿਓ, ਐਵੇਂ ਸਾਨੂੰ ਸਪੋਰਟ ਕਰਦੇ ਰਹੋ। ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ। ਹਾਂਜੀ, ਸਬਜ਼ੀ ਬਣ ਕੇ ਰੈਡੀ ਹੈ, ਹੁਣ ਅਸੀਂ ਇਹਨੂੰ ਉਤਾਰ ਲਾਂਗੇ। ਦੇਖੋ ਕਿੰਨਾ ਸੋਹਣਾ ਰੰਗ ਆਇਆ ਇਹਦਾ,
मसाला भी चंगी तरह आलू मिक्स हो गया।